ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਮੋਗਾ ਦੇ ਵਿੱਚ ਹੋਈ ਹੈ, ਜਿਸ ਦੀ ਪ੍ਰਧਾਨਗੀ ਨਿਰਮਲ ਸਿੰਘ ਮਾਣੂਕੇ ਨੇ ਕੀਤੀ ਹੈ, ਜਿਸ ਦੇ ਵਿੱਚ ਕਿਸਾਨ ਯੂਨੀਅਨ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਵੱਲੋਂ ਕਰਜ਼ਾ ਮਾਫੀ ਦੇ ਮਾਮਲੇ ਦੇ ਵਿੱਚ ਕਿਸਾਨਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਸੋਸਾਇਟੀ ਦਾ ਨਾਮ ਮਾਤਰ ਕਰਜ਼ਾ ਮਾਫ ਕਰਕੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ, ਜਦਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਹੁੰ ਖਾ ਕੇ ਕਿਹਾ ਗਿਆ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇਗਾ। ਸਿੰਘ ਕਾਦੀਆਂ, ਪ੍ਰਧਾਨ ਭਾਰਤ ਕਿਸਾਨ ਯੂਨੀਅਨ ਕਾਦੀਆਂ, ਅੱਜ ਅਸੀਂ ਇੱਥੇ ਮੋਗੇ ਦੀ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਆ ਉੱਥੇ ਅਸੀਂ ਆਏ ਹਾਂ, ਪਰ ਜਿਹੜਾ ਪਿਛਲੇ ਸਰਕਾਰ ਨੇ ਹੁਣ ਪਿੱਛੇ ਲਿਸਟਾਂ ਲਾਈਆਂ ਨੇ ਕਰਜ਼ੇ ਦੀਆਂ, ਉਹਨਾਂ ਦੇ ਅਸੀਂ ਵਿਰੋਧ ਦੇ ਵਿੱਚ ਇੱਥੇ ਜਥੇਬੰਦੀ ਫੈਸਲਾ ਲੈ ਰਹੇ ਹਾਂ ਵੀ ਜਿਹੜੀਆਂ ਲਿਸਟਾਂ ਲਾਈਆਂ ਉਹ ਗਲਤ ਨੇ, ਅਤੇ ਜਿਹਨਾਂ ਨੇ ਉਹਨਾਂ ਅਨੁਸਾਰ ਕਰਨ ਲਈ ਗੱਲ ਕੀਤੀ ਸੀ, ਅਤੇ ਇਸ ਲਿਸਟਾਂ ਦੇ ਵਿੱਚ ਵੀ ਕੋਈ ਸਾਬਤ ਨਹੀਂ ਹੋਇਆ ਵੀ 5 ਕਿੱਲੇ ਜਾਂ 2.5 ਕਿੱਲੇ ਦਾ ਕਰਜ਼ਾ ਮਾਫ ਹੋਇਆ। ਲਿਸਟਾਂ ਸਾਰੀਆਂ ਡਿਫਾਲਟਰ ਕੀਤੀਆਂ ਨੇ, ਸਾਰੇ ਲਿਸਟਾਂ ਦਾ ਵੇਰਵਾ ਸਾਰੇ ਪੰਜਾਬ ਦੇ ਵਿੱਚ ਹੀ ਗਲਤ ਆਇਆ, ਇਹਨਾਂ ਨੂੰ ਦਰੁਸਤ ਕਰਨ ਲਈ ਇਹ ਬਹਾਨੇ ਮਾਰ ਰਹੇ ਆ। ਅੱਜ ਵੀ ਕਰਜ਼ਾ ਇਹਨਾਂ ਨੇ ਇੰਨੇ ਮਹੀਨਿਆਂ ਬਾਅਦ, ਜਿਹੜਾ ਕਿ ਸਾਨੂੰ 5 ਮੀਟਿੰਗਾਂ ਕਰਕੇ ਸੀਐਮ ਸਾਹਿਬ ਨੇ ਸਾਨੂੰ ਕਣਕ ਬੀਜਣ ਤੋਂ ਪਹਿਲਾਂ ਦਾ ਵਾਅਦਾ ਕੀਤਾ ਸੀ ਵੀ ਕਰਜ਼ਾ ਮਾਫ਼ ਕਰ ਦਾਂਗੇ, ਉਹ ਅੱਜ ਵੀ ਕਰ ਰਹੇ ਆ, ਪੈਸੇ ਅੱਜ ਵੀ ਨਹੀਂ ਲਾਉਣੇ, ਇਹਨਾਂ ਨੇ ਬਹਾਨਾ ਲਾ ਕੇ ਲਿਸਟਾਂ ਵਾਪਸ ਲੈ ਜਾਣੀਆਂ ਨੇ ਅਤੇ ਕਿਸਾਨਾਂ ਨਾਲ ਦਗਾ ਕਰ ਰਹੇ ਨੇ। ਇਹਦਾ ਅਸੀਂ ਵਿਰੋਧ ਕਰਕੇ ਇੱਥੇ ਜਥੇਬੰਦੀ ਫੈਸਲਾ ਲੈ ਕੇ ਕੋਈ ਵੱਡਾ ਸੰਘਰਸ਼ ਕਰਨ ਨੂੰ ਤਿਆਰ ਬੈਠੇ। ਜਿੱਦਾਂ ਮਨਪ੍ਰੀਤ ਜੀ ਕਹਿ ਰਹੇ ਕਿ ਇਹਦਾ ਅਜੇ ਕੁਛ ਸਹੀ ਦੇ ਰਿਹਾ, ਬਾਕੀ ਸਾਰਾ ਦੇਣਾ, ਤੁਹਾਨੂੰ ਕੀ ਵਿਸ਼ਵਾਸ ਹੈ ਉਹਨਾਂ 'ਤੇ ਇਸ ਗੱਲ ਦਾ? ਨਹੀਂ, ਜਿਹੜਾ ਕੁਛ ਦਿੱਤਾ ਉਹਦੀਆਂ ਲਿਸਟਾਂ ਵੀ ਨਹੀਂ ਠੀਕ ਹੈਗੀਆਂ। ਉਹਨਾਂ ਨੇ ਕਿਹਾ ਸੀ ਵੀ ਕਿਸ਼ਤਾਂ ਦੇ ਵਿੱਚ 2 ਲੱਖ ਰੁਪਏ ਮਾਫ਼ ਕੀਤਾ ਜਾਊਗਾ ਕਿਸਾਨ ਦਾ, 5 ਕਿੱਲੇ ਦੇ ਥੱਲੇ ਵਾਲੇ ਦਾ ਕਿਹਾ ਸੀ, ਕਿਸੇ 1 ਕਿੱਲੇ ਵਾਲੇ ਨੂੰ ਵੀ ਛੱਡਿਆ ਹੋਇਆ, 2.5 ਕਿੱਲੇ ਵਾਲੇ ਨੂੰ ਛੱਡਿਆ ਹੋਇਆ, ਜਿਹੜਾ 80,000 ਹੈਗਾ ਉਹਦਾ ਤਾਂ ਮੁਕੰਮਲ ਕਰਜ਼ਾ ਮਾਫ਼ ਕਰ ਦਿੰਦੇ। ਜਿਹੜਾ ਪਹਿਲਾਂ ਵੋਟਾਂ ਤੋਂ ਪਹਿਲਾਂ ਇਹਨਾਂ ਨੇ ਗੁਟਕਾ ਫੜ ਕੇ ਕਿਹਾ ਸੀ ਵੀ ਸਾਰਾ ਕਰਜ਼ਾ ਮਾਫ਼ ਕਰਾਂਗੇ, ਇਹ ਇਕੱਲਾ ਸੁਸਾਇਟੀ ਦੀ ਗੱਲ ਕਰ ਰਹੇ ਆ, ਜਿੱਥੇ ਕਿ ਕਿਸਾਨਾਂ ਦੇ ਉੱਤੇ 2-2 ਕਿੱਲੇ 4-4 ਕਿੱਲੇ ਆਏ, 8-8 ਲੱਖ ਕਰਜ਼ਾ ਆਪਣੇ ਪ੍ਰਾਈਵੇਟ ਬੈਂਕਾਂ ਦਾ, ਕਮਰਸ਼ੀਅਲ ਬੈਂਕਾਂ ਦਾ, ਸਾਰੇ ਕਿਤੇ ਹੈਗਾ। ਤੇ ਕੀ ਮੰਗ ਕਰਦੇ ਹੋ ਤੁਸੀਂ ਹੁਣ ਸਰਕਾਰ ਤੋਂ? ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਵਾਅਦਾ ਇਹਨਾਂ ਨੇ ਕਿਸਾਨੀ ਨਾਲ ਕੀਤਾ ਸੀ, ਜਿਹੜੀਆਂ ਵਾਅਦਾ ਕਰਕੇ ਵੋਟਾਂ ਲਿੱਤੀਆਂ ਨੇ ਉਹ ਪੂਰਾ ਕਰ ਕੀਤਾ ਜਾਵੇ। ਲੋਕਾਂ ਨੂੰ ਇਹਨਾਂ 'ਤੇ ਆਸ ਸੀਗੀ ਅਤੇ ਲੋਕਾਂ ਨੇ ਇਹਨਾਂ ਨੂੰ ਵੋਟ, ਕਿਸਾਨਾਂ ਨੇ ਵੋਟ ਪਾਈ, ਇਹਨਾਂ ਨੇ ਆਪਦੇ ਵਾਅਦੇ ਤੋਂ ਭੱਜੇ ਨੇ। ਜੇ ਸਰਕਾਰ ਵਾਅਦਾ ਨਹੀਂ ਪੂਰਾ ਕਰਦੀ ਫਿਰ ਤੁਹਾਡਾ ਕੀ ਸੰਘਰਸ਼? ਅਸੀਂ ਸੰਘਰਸ਼ ਲਈ ਹੁਣ ਤਿਆਰ ਹੋ ਗਏ, ਆਰ ਪਾਰ ਦਾ ਸੰਘਰਸ਼ ਲਈ ਪੂਰਾ ਲੜਾਈ ਲੜਾਂਗੇ ਕਿਸਾਨੀ ਵਾਸਤੇ। ਅਲਟੀਮੇਟਮ ਸਰਕਾਰ ਨੂੰ ਦਿੱਤਾ ਜਾ ਰਿਹਾ ਵੀ ਆਪਣੀ ਜੋ ਵਾਅਦਾ ਕੀਤਾ ਉਹ ਪੂਰਾ ਕਰੋ, ਨਹੀਂ ਤਾਂ ਕਿਸਾਨੀ ਸੰਘਰਸ਼ ਲਈ ਉਹਦਾ ਸਾਹਮਣਾ ਕਰਨ ਲਈ ਸਮਾਨ ਤਿਆਰ ਹੋ। ਵਿੱਚ ਪੰਜਾਬ ਸਰਕਾਰ ਨੇ ਜਿਹੜੀ ਸੈਂਟਰਲ ਦੀ ਜ਼ਮੀਨਾਂ ਸੀਗੀਆਂ ਜਿਹਨਾਂ ਦੇ ਕਿਸਾਨਾਂ ਦੇ 15 ਜੋ ਵੱਧ ਸਾਲ ਲਈ ਗਦੌਰੀ ਸੀਗੀ ਉਹ ਰਜਿਸਟਰੀਆਂ ਕਰਾ ਕੇ ਸਰਕਾਰੀ ਮੁੱਲ ਦੇ ਉੱਤੇ ਕਿਸਾਨਾਂ ਦੇ ਨਾਮ ਇੰਤਕਾਲ ਕਰਤੇ ਸੀਗੇ। ਹੁਣ ਜੋ ਨਵੀਂ ਸਰਕਾਰ ਆਈ ਆ ਉਹ ਇੰਤਕਾਲ ਤੋੜੇ ਜਾ ਰਹੇ ਆ, ਕਿਸਾਨਾਂ ਤੋਂ ਜ਼ਮੀਨਾਂ ਵਾਪਸ ਸਰਕਾਰੀ ਜ਼ਮੀਨ 'ਤੇ ਦਿੱਤੀ ਜਾ ਰਹੀ ਆ। ਜਿਹੜਾ ਉਹਦਾ ਘੋਖ ਕਰਕੇ ਅਸੀਂ ਜਥੇਬੰਦੀ ਵੱਲੋਂ ਪਤਾ ਕੀਤਾ, ਉਹ ਜਿਹੜਾ ਪੈਸਾ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਲਿੱਤਾ ਸੀ ਉਹ ਸੈਂਟਰ ਸਰਕਾਰ ਦੀ ਜ਼ਮੀਨ ਸੀ, ਸੈਂਟਰ ਸਰਕਾਰ ਨੂੰ ਪਹੁੰਚਦਾ ਕਰਨਾ ਸੀ, ਜਿੱਥੇ ਕਿ ਇਹਨਾਂ ਨੇ ਉਹ ਪੈਸਾ ਕਿਸਾਨਾਂ ਦਾ ਵਰਤ ਲਿਆ ਲੈ ਕੇ। ਹੁਣ ਉਹ ਸੈਂਟਰ ਸਰਕਾਰ ਆਪਣੀ ਜ਼ਮੀਨ ਹੱਕ ਵਾਪਸ ਲੈਣ ਲਈ ਕਿਸਾਨਾਂ ਨਾਲ ਧੱਕਾ ਕਰ ਰਹੀ ਆ। ਇਹ ਸਰਕਾਰ ਨੂੰ ਸੈਂਟਰ ਦਾ ਪੈਸਾ ਉਤਾਰਨਾ ਚਾਹੀਦਾ, ਕਿਸਾਨਾਂ ਦਾ ਇਹ 'ਚ ਕੋਈ ਕਸੂਰ ਨਹੀਂ ਹੈਗਾ, ਉਹਨਾਂ ਦੀਆਂ ਜਿਹੜੇ ਮਕੂਲਰ ਮਾਲਕ ਨੇ ਉਹ ਉਹਨਾਂ ਨੂੰ ਦੁਬਾਰਾ ਉੱਥੇ ਰਹਿਣਾ ਚਾਹੀਦਾ ਜ਼ਮੀਨਾਂ ਦੇ ਵਿੱਚ। ਜੇ ਸਰਕਾਰ ਨੇ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਅਸੀਂ ਪੂਰਾ ਸੰਘਰਸ਼ ਕਰਕੇ ਜਾਂ ਕੋਰਟ ਦੇ ਥਰੂ ਉਹ ਕਿਸਾਨਾਂ ਨੂੰ ਜ਼ਮੀਨ ਵਾਪਸ ਲੈ ਕੇ ਦੇਵਾਂਗੇ। ਮੋਗਾ ਤੋਂ ਬਿੱਟੂ ਪੁਰਵਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।